ਬੜੀ ਵਧੀਆ ਗੱਲ ਕੀਤੀ ਹੈ। ਮੈਂ ਵੀ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ, ਮਾਨਸਾ, ਮੁੱਖ ਮੰਤਰੀ ਸਾਹਿਬ ਧਿਆਨ ਦੇਣ, BRTS ਚੱਲਣਾ ਚਾਹੀਦਾ। ਪਰ ਇਹਦੇ ਪਿੱਛੇ ਇਹਦੀ ਮਨਸ਼ਾ ਕਲੀਅਰ ਹੋਣੀ ਚਾਹੀਦੀ, ਇਹਦੀ ਮਨਸ਼ਾ ਕੀ ਹੈ। ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ। ਮੈਂ ਤੁਹਾਨੂੰ ਇਹ ਸਪਸ਼ਟ ਕਰ ਦਿਆਂ ਕਿ ਕਾਰਪੋਰੇਸ਼ਨ ਤੇ ਅੰਮ੍ਰਿਤਸਰ ਟਰੱਸਟ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਹੈ, ਜਿਹਦੀ ਟੈਂਡਰਿੰਗ ਨਹੀਂ ਹੋ ਰਹੀ, ਤੇ 4 ਜੁਲਾਈ 2023 ਦੀ BRTS ਬੰਦ ਹੈ। 1 ਸਾਲ ਇਹ ਮਹੀਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ, ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਇਹਦੀਆਂ ਨਿਗਾਹ 'ਚ ਬੜੇ ਵਧੀਆ ਲੀਡਰ ਸੀਗੇ, ਕਿਉਂਕਿ ਇਹਨੂੰ ਆਸ ਸੀਗੀ ਕਿ ਮੈਨੂੰ MP ਬਣਾਉਣਗੇ ਅੰਮ੍ਰਿਤਸਰ ਤੋਂ, ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ। ਜਦੋਂ ਉਹਨਾਂ ਨੇ ਚੱਲਦਾ ਕਰਤਾ, ਕਿਉਂਕਿ ਸੁਪਨੇ ਦੀ ਗੱਲ ਆ, ਕੋਈ ਵੀ ਵੇਖ ਸਕਦਾ, ਉਹਦਾ ਪੈਸਾ ਨਹੀਂ ਲੱਗਦਾ, ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ, ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀ ਦਾ ਸੁਪਨਾ ਲੈ ਸਕਦਾ, ਪਰ ਅਸਲੀਅਤ ਦੇ ਵਿੱਚ ਜਦੋਂ ਟਿਕਟ ਨਹੀਂ ਮਿਲੀ, ਅੱਜ ਮੁੱਖ ਮੰਤਰੀ ਸਾਹਿਬ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ। ਕੋਈ ਬੰਦਾ ਸਿਆਸੀ ਮੰਚ ਬਣਾਉਣਾ ਚਾਹੀਦਾ, ਕੋਈ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਣ ਪਾਉਣਾ, ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨੁਸਾਰ ਆਪਣਾ ਮੈਮੋਰੈਂਡਮ ਦੇਣ ਲਈ ਇੱਥੇ ਆਏ ਨੇ ਲੋਕ, ਆਪਣੀ ਨੌਕਰੀ ਮੰਗਣ ਲਈ ਆਏ ਨੇ, ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ, ਉਹ ਲੋਕਾਂ ਦਾ ਗੁੱਸਾ, ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਦਾ ਮਾੜਾ ਚੰਗਾ ਨਹੀਂ ਬੋਲਣਾ, ਕਿਸੇ ਦੇ ਨਾਲ ਘੁੱਟ ਲੱਗ ਕੇ ਨਹੀਂ ਕਰਦੇ, ਬਿਲਕੁਲ ਸ਼ਾਂਤਮਈ। ਤੁਸੀਂ ਮੈਨੂੰ ਦੱਸ ਦਿਓ, ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ, ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ, ਇਹਨਾਂ ਨੂੰ ਕੀ ਵਿਰੋਧ ਹੋਇਆ, ਜਾਣਬੁੱਝ ਕੇ ਕੀਤਾ ਗਿਆ, ਜਾਣਬੁੱਝ ਕੇ ਕੀਤਾ ਗਿਆ।
ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰ ਸਕਦੇ ਹੋ। ਮੈਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਦੇਖਣ ਨਾ ਰਹੀ ਹੋ। ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ। ਤੁਸੀਂ ਆਪਣਾ ਮੰਚ, ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ, ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ। ਉਹ ਲੋਕ ਝੋਲੀ ਅੱਡ ਕੇ ਭੀਖ ਮੰਗਣ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਗਾਲਾਂ ਜਿੰਨੇ ਵੀ ਕੱਢੀਆਂ ਜੀ ਜੇ ਹੱਥ ਚਲਾਕੀ ਹੋਈ ਆ ਤੇ ਬੇਹੱਦ ਮੰਗ ਭਾਜੀ ਕਰੀਏ ਜੀ। ਹਾਂਜੀ ਸਰ, ਅੱਜ ਘਰ ਕਿਸ਼ਨ ਕਮਿਸ਼ਨਰ ਨੂੰ ਮਿਲਿਆ ਗਿਆ, ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਮਤਲਬ ਜਨਤਾ ਨਾਲ ਇੱਕ ਜੁੜਿਆ ਮੁੱਦਾ, ਸਾਡੇ ਸ਼ਹਿਰ ਨਾਲ, ਅੰਮ੍ਰਿਤਸਰ ਗੁਰੂ ਨਗਰੀ ਨਾਲ ਜੁੜਿਆ ਮੁੱਦਾ ਕਿ ਬੱਸਿਸ ਜਿਹੜੀਆਂ ਚੱਲਦੀਆਂ ਸੀ, ਲੋਕਾਂ ਨੂੰ ਬਹੁਤ ਸਾਰੀ ਸਹੂਲਤ ਸੀਗੀ। ਸਟੂਡੈਂਟ ਨੂੰ ਜਿਹੜੇ 10 ਤੋਂ 15 ਹਜ਼ਾਰ ਤਨਖਾਹ ਲੈਂਦੇ ਨੇ, ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਸੀਗੇ, ਔਰ ਇੱਕਦਮ ਹੀ ਸਿਸਟਮ ਦੀ ਜਿਹੜੀ ਨਲਾਇਕੀ ਕਰਕੇ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ, ਔਰ ਲੋਕਾਂ ਦੇ ਖਰਚੇ ਵੱਧ ਗਏ, ਸ਼ਹਿਰ ਦੇ ਵਿੱਚ ਟ੍ਰੈਫਿਕ ਵੱਧ ਗਿਆ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 1 ਮਹੀਨਾ ਬੱਸ ਫ੍ਰੀ ਚੱਲੀ ਸੀ, ਔਰ 3 ਮਹੀਨੇ ਬੱਸ ਫ੍ਰੀ ਚੱਲੀ ਸੀ, ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਬਹੁਤ ਵਧੀਆ ਜਿਹੜਾ ਦਰੁਸਤੀ ਹੋ ਗਈ ਸੀ। ਸ਼ਹਿਰ ਦੇ ਵਿੱਚ ਰਸ਼ ਹੀ ਮੁੱਕ ਗਿਆ ਸੀਗਾ, ਜਿਹਨੂੰ ਏਸੀ ਬੱਸ ਗਰਮੀ 'ਚ ਮਿਲ ਜਾਂਦੀ ਸੀ, ਜਿਹਨੂੰ ਸਰਦੀ 'ਚ ਜਿਹੜੀ ਬੰਦ ਬੱਸ ਮਿਲ ਜਾਂਦੀ ਉਹ ਮੁੜ ਕੇ ਆਪਣਾ ਵਹੀਕਲ ਕੱਢਦਾ ਹੀ ਨਹੀਂ। ਔਰ ਇੱਥੋਂ ਤੱਕ ਕੱਲ੍ਹ ਇਹਨਾਂ ਮੈਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਮੀਰ ਲੋਕ ਜਿਹੜੇ ਮਤਲਬ ਆਪਣੀਆਂ ਫੈਕਟਰੀਜ਼ ਚਲਾਉਂਦੇ ਨੇ, ਇੱਕ ਕੋਨੇ ਤੋਂ ਕੁਛ ਹਾਟੇ ਤੋਂ ਫੋਕਲ ਪੁਆਇੰਟ ਆਉਂਦੇ ਨੇ, ਉਹ ਵੀ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਹੋ ਗਏ ਸੀਗੇ। ਇੱਕ ਤਾਂ ਟਾਈਮ ਬਚਦਾ ਸੀਗਾ, ਔਰ ਦੂਜਾ ਮਤਲਬ ਉਹਨਾਂ ਨੂੰ ਇਹ ਸਹੂਲਤ ਜਿਹੜੀ ਬਹੁਤ ਵਧੀਆ ਲੱਗਦੀ ਸੀ, ਔਰ ਇੱਕਦਮ ਇਹਨੂੰ ਜਿਹੜਾ ਬੰਦ ਕਰਕੇ ਰੱਖ ਦਿੱਤਾ ਗਿਆ। ਔਰ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀਗਾ ਜਿੱਥੋਂ ਇਹ ਮੁਹਿੰਮ ਸ਼ੁਰੂ ਹੋਈ ਹੈ, ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਵਾਲਾ ਸੌਦਾ, ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਮਸਲਾ ਹੱਲ ਕਰਾਉਣਾ ਚਾਹੁੰਦੇ ਹਾਂ। ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਲੋਕਾਂ ਦੀ ਫੈਸਿਲਿਟੀਜ਼, ਜਿਹੜੀ ਸਕੂਲ ਹੁੰਦੇ ਨੇ, ਐਜੂਕੇਸ਼ਨ ਸਿਸਟਮ ਹੈ, ਜਿਹੜਾ ਮੈਡੀਕਲ ਸਿਸਟਮ ਹੈ, ਜਿਹੜੀ ਟਰਾਂਸਪੋਰਟੇਸ਼ਨ ਹੈ, ਇਹਦੇ ਵਿੱਚ ਮੁਨਾਫੇ ਨਹੀਂ ਵੇਖੇ ਜਾਂਦੇ, ਇਹਦੇ ਵਿੱਚ ਮਤਲਬ ਵੈਲਫੇਅਰ ਦੇ ਫੰਡ ਜਾਰੀ ਕੀਤੇ ਜਾਂਦੇ ਨੇ। ਜੇ ਤੁਸੀਂ ਮੁਨਾਫਾ ਹੀ ਦੇਖਣਾ ਤੇ ਫਿਰ ਬੀਬੀਆਂ ਨੂੰ ਜਿਹੜੇ ਤੁਸੀਂ ਬੱਸ ਪਾਸ ਫ੍ਰੀ ਦਿੱਤੇ ਨੇ ਉਹਨਾਂ ਦੀ ਟਿਕਟ ਵੀ ਲਾ ਦਿਓ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੁਰੂ ਨਗਰੀ ਔਰ ਮਹਿਜ 2 ਤੋਂ 3 ਕਰੋੜ ਰੁਪਈਆ ਦਾ ਮਹੀਨੇ ਦਾ ਖਰਚਾ, ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ, ਔਰ ਇਹ ਬੱਸ ਜਿਹੜੀ ਸੜਕਾਂ ਦੇ ਉੱਤੇ ਚੱਲੇ, ਔਰ 1500 ਮੁਲਾਜ਼ਮ ਜਿਹੜਾ ਇਹਦੇ ਵਿੱਚ ਕੰਮ ਕਰਦਾ ਸੀ, ਇੱਥੇ ਤੁਹਾਨੂੰ ਮੈਂ ਦਿਖਾਉਣਾ, ਬੀਬੀ ਜੀ ਆਇਓ 1 ਮਿੰਟ, ਮਤਲਬ ਉਹ ਬੇਰੁਜ਼ਗਾਰ ਬਲਕ ਦੇ ਵਿੱਚ ਵਿਡੋਜ਼ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ। ਇੱਥੇ ਇੱਕ ਬੀਬੀ ਜੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ, ਔਰ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ, ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ ਹੈ। ਇੱਕ ਇੱਥੇ ਬੱਚੀ ਹੈ, ਕੱਲ੍ਹ ਮੈਨੂੰ ਮਿਲੀ, ਉਹਨੇ MA ਕੀਤੀ ਆ, ਉਹ ਖੜੀ ਹੈ, ਮਤਲਬ ਭਰਾ ਮੈਂਟਲੀ ਅਪਸੈਟ ਹੈ। ਭੈਣ ਜਿਹੜੀ PGDCA ਕਰਦੀ ਔਰ ਘਰ ਦਾ ਗੁਜ਼ਾਰਾ ਅੱਜ ਦੀ ਤਰੀਕ 'ਚ ਮੰਗ ਕੇ ਚੱਲ ਰਿਹਾ, ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ, ਮਤਲਬ ਇਹਨਾਂ ਦੇ ਹਸਬੈਂਡ ਨਹੀਂ ਹੈਗੇ ਪਿੱਛੇ। ਪ੍ਰੋਜੈਕਟ ਇੱਕ ਵਾਰੀ ਚਾਂਸ ਨਹੀਂ, ਕਈ ਵਾਰ ਬੱਸ ਜਿਹੜੀ ਆ ਬੰਦ ਹੋ ਚੁੱਕੀ ਹੈ, ਸਰਕਾਰ ਅਰਬਾਂ ਰੁਪਏ ਦਾ ਪ੍ਰੋਜੈਕਟ ਲਿਆ ਕੇ ਜਿੱਥੇ ਸਰਕਾਰ ਦਾ ਰੈਵਨਿਊ ਜਿਹੜਾ ਖਰਾਬ ਹੁੰਦਾ, ਉੱਥੇ ਲੋਕਾਂ ਦੇ ਪੈਸੇ, ਪ੍ਰੋਪਰਟੀ ਟੈਕਸ ਜਾਂ ਟੈਕਸ ਦੇ ਰਾਹੀਂ ਜਿਹੜੇ ਪੈਸੇ ਜਾਂਦੇ, ਕਿਉਂ ਇਸ ਤਰ੍ਹਾਂ ਇਹਦੇ ਵਿੱਚ ਇਹ ਕੀਤਾ ਜਾਵੇ ਕਿ ਇਹ ਵੈਲਫੇਅਰ ਦਾ ਕੰਮ ਹੈ, ਔਰ ਵੈਲਫੇਅਰ ਇਹਦੇ ਵਿੱਚ ਹੈ, ਪਬਲਿਕ ਵੈਲਫੇਅਰ ਲਈ ਵਰਤਿਆ ਜਾਂਦਾ ਹੈ, ਪਬਲਿਕ ਵੈਲਫੇਅਰ ਲਈ ਚੱਲਣਾ ਚਾਹੀਦਾ। 1500 ਕਰੋੜ ਰੁਪਈਆ ਅੱਜ ਦੀ ਤਰੀਕ 'ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਹਾਂ। 700-800 ਕਰੋੜ ਰੁਪਈਆ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ, ਔਰ ਉਹ ਪ੍ਰੋਜੈਕਟ ਅੱਜ ਦੀ ਤਰੀਕ 'ਚ ਮਿੱਟੀ ਕੀਤਾ। ਮੈਂ ਇਹਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਤੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਰਾਜਨੀਤੀ ਜੇ ਰਾਜਨੀਤੀਕਰਨ ਵੀ ਕੀਤਾ ਜਾਂਦਾ, ਜੇਕਰ ਕੋਈ ਪ੍ਰੋਜੈਕਟ ਲੱਗਦਾ ਵਾ ਅਗਰ ਲੋਕਾਂ ਦੇ ਫਾਇਦੇ ਲਈ ਆ ਜਾਂ ਨਹੀਂ ਫਾਇਦੇ ਲਈ, ਲੇਕਿਨ ਦੂਸਰੀ ਸਰਕਾਰ ਆਉਂਦੀ ਆ, ਕੋਈ ਸਰਕਾਰ ਬਦਲਦੀ, ਰਾਜਨੀਤੀ ਵੀ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ। ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ,
ਇਹਦਾ ਕੋਈ ਫਾਇਦਾ ਨਹੀਂ ਸੀ ਹੈਗਾ। ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਉਹਨੂੰ ਕਰਨਾ ਚਾਹੀਦਾ, ਉਹਦੇ ਉੱਤੇ ਮਤਲਬ ਉਹਦੀ ਪੈਰਵਾਈ ਕਰਨੀ ਚਾਹੀਦੀ ਹੈ, ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ। ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ, ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ, ਉਹਨਾਂ ਦੇ ਕਰਕੇ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ। ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਤੇ ਦੇਖੋ ਕੀ ਨੇ ਯਾਰ, ਇਹ ਰੌਲਾ ਪਾ ਰਹੇ ਨੇ। ਇਹ ਇੱਕ ਧੜਾ ਇਹ ਹੈ ਜਿਹਨਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਬੰਦ ਜਿਹੜਾ, ਹਾਂਜੀ, ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ। ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ, ਉਹ ਕੱਲ੍ਹ ਵੀ ਕਹਿ ਰਹੇ ਨੇ ਕਿ ਜਿਹਦਾ 100 ਰੁਪਈਆ ਵੀ ਘਟਦਾ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਨੁਕਸਾਨ ਨਹੀਂ ਚਲਦਾ। ਮੈਂ ਬੇਨਤੀ ਕਰਨ ਲੱਗਾ, ਉਸ ਤੋਂ ਬਾਅਦ ਕੱਲ੍ਹ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ, ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ, ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ, ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਇਹ ਜਿਹੜੀ ਬੱਸ ਚਲਾਉਣ ਨੂੰ ਤਿਆਰ ਆ। ਦੱਸੋ ਜੀ ਸਰਕਾਰ ਦੀਆਂ ਨਾਕਾਮੀਆਂ ਸੀ, ਜਦੋਂ ਬੱਸ ਚੱਲੀ ਸੀ ਇਹਦਾ ਟਾਰਗੇਟ 35,000 ਦਾ ਸੀ ਵੀ 35,000 ਰੋਜ਼ ਦੀ ਸਵਾਰੀ ਸਫ਼ਰ ਕਰੂਗੀ, 55,000 ਤੱਕ ਇਹ 'ਚ ਸਫ਼ਰ ਕਰਦੀ ਰਹੀ ਜੀ, 55,000 ਤੱਕ। ਇਹ ਦੱਸੋ ਘਾਟੇ 'ਚ ਕਿੱਦਾਂ ਹੋ ਸਕਦੀ ਹੈ ਜੀ, ਜੇ 35,000 ਦੇ ਟਾਰਗੇਟ ਤੋਂ 35,000 ਤੋਂ 55,000 ਤੱਕ ਸਫ਼ਰ ਕਰਦੀ ਰਹੀ ਹੈ ਜੀ, ਇਹ ਜਾਣ ਕੇ ਸਰਕਾਰ ਨੇ ਬੰਦ ਕਰਨੀ ਚਾਹੀਦੀ ਹੈ ਜੀ। ਹਾਂਜੀ ਹੈਗੇ, ਸਭ ਕੁਝ ਹੈਗਾ ਜੀ, ਸਭ ਕੁਝ ਮਿਲਜੂਗਾ ਤੁਹਾਨੂੰ ਜੀ, ਸਭ ਕੁਝ ਹੈਗਾ ਰਿਕਾਰਡ ਜੀ। ਮੁਲਾਕਾਤ ਕੀਤੀ, ਕੀ ਕਿਹਾ ਗਿਆ ਕਾਰਪੋਰੇਸ਼ਨ? ਉਹਨਾਂ ਵਿਸ਼ਵਾਸ ਦਵਾਇਆ ਵੀ ਮੁਲਾਕਾਤ ਕੀਤੀ, ਉਹਨਾਂ ਨਾਲ 3 ਦਿਨ ਪਹਿਲਾਂ ਵੀ ਇਸ ਮਸਲੇ ਦੇ ਉੱਤੇ ਮੁਲਾਕਾਤ ਹੋਈ ਸੀ। ਉਹਨਾਂ ਬੜਾ ਮਤਲਬ ਪੋਜ਼ਿਟਿਵਲੀ ਇਹ ਕਿਹਾ ਕਿ ਮੈਂ ਅੱਜ ਹੀ ਜਿਹੜਾ ਡੀਓ ਬਣਾ ਕੇ ਸਰਕਾਰ ਨੂੰ ਭੇਜੂਗਾ ਕਿ ਇਹਦਾ ਦੁਬਾਰਾ ਜਿਹੜਾ ਉਹ ਕੰਮ ਚਲਾਇਆ ਜਾਵੇ, ਇਹਨੂੰ ਚਲਾਉਣ ਦੀ ਅੱਜ ਮੇਰੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਊਗੀ ਔਰ ਇਹਨੂੰ ਜਿਹੜਾ ਪੋਜ਼ਿਟਿਵਲੀ ਜਿਹੜਾ ਉਹ ਚਲਾਇਆ ਜਾਊਗਾ। ਔਰ ਜਿਹੜੀਆਂ ਬੱਸਾਂ ਮਾਲ ਮੰਡੀ 'ਚ ਲੱਗੀਆਂ ਨੇ, ਕੰਡਮ ਜਿਹਨਾਂ ਨੂੰ ਕਿਹਾ ਜਾਂਦਾ, ਉਹਦੇ ਵਿੱਚ ਸਿਟੀ ਬੱਸ, ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ 40-40, 50-50 ਲੱਖ ਦੀ ਬੱਸ ਹੈ, ਕਮ ਸੇ ਕਮ ਸ਼ਹਿਰ ਦੇ ਵਿੱਚ ਉਹਨਾਂ 'ਚ ਡਿਸਪੈਂਸਰੀਜ਼, ਐਂਬੂਲੈਂਸ ਨਹੀਂ ਵੀ ਲੌਂਗ ਰੂਟ ਦੇ ਉੱਤੇ ਭੇਜਣੀਆਂ, ਉਹਨਾਂ ਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਜ਼ ਜਾਰੀ ਕੀਤੀਆਂ ਜਾਣ। ਔਰ ਕੱਲ੍ਹ ਮੈਨੂੰ ਪਤਾ ਲੱਗਾ ਸੀ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ, 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ। ਅੱਜ ਮੈਂ ਰੋਡਵੇਜ਼ ਤੋਂ ਫੋਟੋਆਂ ਲੈ ਕੇ ਆਇਆ, 10-10 ਸਾਲ ਪੁਰਾਣੀਆਂ ਬੱਸਾਂ ਉਹ ਚੱਲਦੀਆਂ ਨੇ ਔਰ ਲੌਂਗ ਰੂਟ ਦੇ ਉੱਤੇ ਚੱਲਦੀਆਂ ਨੇ। ਇਹਨਾਂ ਚੀਜ਼ਾਂ ਦੇ ਉੱਤੇ ਫਿਰ ਇੱਥੇ ਜੇ ਸ਼ਹਿਰ 'ਚ ਇਹਦਾ ਫਾਇਦਾ ਮਿਲ ਸਕਦਾ ਤਾਂ ਕਿਉਂ ਨਹੀਂ ਲਿਆ ਜਾ ਰਿਹਾ।